ਅਸੀਂ ਗੱਲ ਕਰਨੀ ਹੈ ਕੈਦੀ ਨੰਬਰ 612 ਜਿਹੜਾ ਬੰਦਾ ਇੰਡੀਆ 'ਚ ਕੈਦ ਨਹੀਂ ਹੋਇਆ 2006 ਦੇ ਵਿੱਚ। ਅਸੀਂ ਉਹਦੇ ਨਾਲ ਅੱਜ ਸਵਾਲ ਜਵਾਬ ਕਰਨੇ ਆ। ਅੱਛਾ ਭੈਣ ਜੀ, ਤੁਸੀਂ ਇੰਡੀਆ ਦੇ ਵਿੱਚ ਕਿਹੜੀ ਜੇਲ੍ਹ 'ਚ ਕੈਦ ਹੋਏ ਤੁਸੀਂ? ਇੰਨਾ ਨਹੀਂ ਸੀ ਪਤਾ। ਅੱਛਾ, ਇੰਨਾ ਨਹੀਂ ਸੀ ਪਤਾ ਅਤੇ ਮਤਲਬ ਕਿਹੜਾ ਸ਼ਹਿਰ ਸੀ, ਕੀ ਹਿਸਾਬ ਕਿਤਾਬ ਸੀ? ਪਾਕਿਸਤਾਨ ਹੀ ਸੀ। ਨਹੀਂ, ਕੈਦੀ ਤੂੰ ਇੰਡੀਆ 'ਚ ਹੋਇਆ ਸੀ, ਪਾਕਿਸਤਾਨ ਨਹੀਂ ਹੋਇਆ। ਇੰਡੀਆ 'ਚ ਹੋਇਆ? ਨਹੀਂ, ਜਦੋਂ ਤੂੰ ਬਾਰਡਰ ਰਸਤੇ ਆਇਆ ਸੀ ਇੱਧਰ ਨੂੰ, ਉਦੋਂ ਫਿਰ ਜਦੋਂ ਤੂੰ ਬਾਹਰ ਨਿਕਲਿਆ ਸੀ ਤੇ ਕਿਹਦੇ ਕਿਹੜੀ ਅਦਾਕਾਰ ਨਾਲ ਤੇਰੀ ਮੁਲਾਕਾਤ ਹੋਈ? ਰੇਖਾ ਨਾਲ ਹੋਈ ਸੀ ਮੁਲਾਕਾਤ। ਹਾਂ, ਰੇਖਾ ਨਾਲ ਮੁਲਾਕਾਤ। ਸੱਜਣੋ ਤੇ ਮਿੱਤਰੋ, ਇਹ ਹੋ ਗਿਆ ਸਾਡਾ ਦੋਸਤ ਇੰਡੀਆ 'ਚ ਕੈਦੀ। ਬਸ ਗਲਤੀ ਨਾਲ ਬਾਰਡਰ ਕ੍ਰਾਸ ਕਰ ਗਿਆ ਅਤੇ ਇਹਨੂੰ ਫੜਿਆ ਨਹੀਂ ਜਾਣਾ। ਇਹ ਫੜਿਆ, ਇਹ ਵਿਚਾਰਾ ਤੈਨੂੰ ਪਤਾ ਦਰਵੇਸ਼ ਆਦਮੀ, ਦਰਿਆ ਦਿਲ ਬੰਦਾ ਹੈਗਾ ਅਤੇ ਇਹ ਵੈਸੇ ਕਿਤੇ ਰਾਹ ਚੱਲਦਾ ਪਿਆ ਨਾ, ਕਿਤੇ ਫੁੱਟਪਾਥ 'ਤੇ ਮੰਗਣ ਵਾਲੇ ਵੀ ਬੈਠੇ ਹੁੰਦੇ, ਉਸ ਤਰ੍ਹਾਂ ਕੋਈ ਮੰਗਣ ਵਾਲਾ ਬੈਠੇ। ਇਹਨੂੰ ਇਹ ਨਹੀਂ ਪਤਾ ਚਾਵਲ ਨੂੰ ਮੈਂ ਇੰਡੀਆ 'ਚ, ਇਹਨੂੰ ਮੰਗਣ ਵਾਲਾ ਬੈਠੇ ਤੁਹਾਨੂੰ ਭਾਈ 10 ਰੁਪਏ ਦੇ ਦਿੱਤੇ ਨਹੀਂ ਮੰਗਣ ਵਾਲੇ, ਉਹ ਪਾਕਿਸਤਾਨੀ ਨੋਟ 'ਤੇ ਚਾਵਲ ਜਿਹਾ ਇੰਡੀਆ 'ਚ ਫਿਰਦਾ ਪਿਆ। ਫਿਰ ਇਹ ਵਿਚਾਰਾ ਫੜਿਆ ਗਿਆ। ਉਸ ਤੋਂ ਬਾਅਦ ਇਹ ਉਹਦਾ ਸ਼ਦਾਈ ਤਾਂ ਟਾਈਟਲ ਦੇਗਾ ਹੁਣ। ਮੈਂ ਤਾਂ ਨਹੀਂ ਸ਼ਦਾਈ। ਨਹੀਂ ਹੈ, ਮੈਂ ਨਹੀਂ ਸ਼ਦਾਈ। ਇਹ ਦੇਖੋ ਦੋਸਤੋ, ਉਸ ਤੋਂ ਬਾਅਦ ਇਹਨੂੰ ਬਹੁਤ ਜ਼ਿਆਦਾ ਡਿਸਟਰਬ ਹੋ ਗਿਆ ਅਤੇ ਮੈਂ ਕੀ ਦੱਸਾਂ ਇਹਨੂੰ ਵਿਚਾਰੇ ਨੂੰ। ਹੈ ਮੇਰਾ ਜਿਗਰੀ ਦੋਸਤ ਹੈਗਾ, ਬਹੁਤ ਹੀ ਲਵ ਕਰਨਾ ਹੈਗਾ ਇਹਨੂੰ ਮੈਂ ਭਾਅ ਜੀ, ਬਹੁਤ ਹੀ ਅੱਛਾ ਆਦਮੀ ਹੈਗਾ। ਹੈ ਉਂਝ ਪਾਗਲ ਹੈ। ਮੈਂ ਨਹੀਂ ਸੀ ਪਾਗਲ। ਨਾ, ਇਹ ਟਾਈਟਲ ਤੁਹਾਨੂੰ ਮਿਲੇਗਾ।